ਸਿਟੀ ਚੰਡੀਗੜ੍ਹ ਭਾਰਤ ਦੇ ਸਭ ਤੋਂ ਖੂਬਸੂਰਤ ਤੇ ਪਲੈਨਟ ਸ਼ਹਿਰ ਵਿੱਚੋਂ ਮਸ਼ਹੂਰ ਹੈ। ਚੰਡੀਗੜ੍ਹ ਨੂੰ ਅਸੀਂ ਦੇਸ਼ ਦਾ ਪਹਿਲਾ ਸਮਾਰਟ ਸਿਟੀ ਵੀ ਕਹਿ ਸਕਦੇ ਹਾਂ। ਅੱਜ ਜਦੋਂ ਹਰ ਦੂਸਰਾ ਸ਼ਹਿਰ ਸਮਾਰਟ ਸਿਟੀ ਬਣਨ ਦੀ ਹੋੜ ਵਿੱਚ ਹੈ, ਪਰ ਚੰਡੀਗੜ੍ਹ ਸ਼ਹਿਰ ਦੀ ਕਲਪਨਾ ਉਸ ਵੇਲੇ ਹੋਈ ਜਦੋਂ ਕਿਸੇ ਦੀ ਖਾਬੋ ਖਿਆਲ ਵਿੱਚ ਸਮਾਰਟ ਸਿਟੀ ਦੀ ਧਾਰਨਾ ਨੇ ਜਨਮ ਹੀ ਨਹੀਂ ਲਿਆ ਸੀ। ਚੰਡੀਗੜ੍ਹ ਸ਼ਹਿਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸ਼੍ਰੀ ਜਵਾਹਰ ਲਾਲ ਨਹਿਰੂ ਜੀ ਦੇ ਦਿਮਾਗ ਦੀ ਉਪਜ ਸੀ। ਉਹਨਾਂ ਨੇ ਹੀ ਇਸ ਸ਼ਹਿਰ ਦੀ ਕਲਪਨਾ ਕੀਤੀ ਸੀ ਅਤੇ ਇਸ ਦੀ ਸਥਾਪਨਾ ਦਾ ਟੀਚਾ ਚੁੱਕਿਆ ਸੀ। ਚੰਡੀਗੜ੍ਹ ਸ਼ਹਿਰ ਅੱਜ ਦੇਸ਼ ਹੀ ਨਹੀਂ ਪੂਰੇ ਵਿਸ਼ਵ ਦੇ ਵਿੱਚ ਸਮਾਰਟ ਸਿਟੀ ਵਜੋਂ ਮਸ਼ਹੂਰ ਹੈ। ਚੰਡੀਗੜ੍ਹ ਸ਼ਹਿਰ ਆਪਣੇ ਆਪ ਵਿੱਚ ਇੱਕ ਦਰਸ਼ਨੀ ਸ਼ਹਿਰ ਹੈ, ਪਰ ਚੰਡੀਗੜ੍ਹ ਦੀ ਸਭ ਤੋਂ ਮਸ਼ਹੂਰ ਜਗ੍ਹਾ ਹੈ ਇੱਥੋਂ ਦੀ ਸੁਖਨਾ ਝੀਲ। ਚੰਡੀਗੜ੍ਹ ਸ਼ਹਿਰ ਦਾ ਨਾਮ ਲੈਂਦਿਆਂ ਹੀ ਇੱਕਦਮ ਦਿਮਾਗ ਵਿੱਚ ਸੁਖਨਾ ਝੀਲ ਦੀ ਤਸਵੀਰ ਬਣ ਜਾਂਦੀ ਹੈ। ਇੱਕ ਸਟੇਟ ਮੈਂ ਜਿਤਨੀ ਜ਼ਿਆਦਾ ਟੂਰਿਸਟ ਪਲੇਸਿਸ ਹੋਂਗੇ ਔਰ ਵੋ ਜਿਤਨੀ ਸਾਫ਼ ਸੁਥਰੀ ਹੋਂਗੀ ਉਤਨੇ ਜ਼ਿਆਦਾ ਲੋਕ ਆਏਂਗੇ। ਚੰਡੀਗੜ੍ਹ ਮੈਂ ਸਭ ਲੇਕ ਕੇ ਲਿਏ ਆਤੇ ਹੈ, ਸੋ ਆਈ ਥਿੰਕ ਔਰ ਬੜੇਂਗੀ ਤੋ ਟੂਰਿਜ਼ਮ ਬਹੁਤ ਬੜੇਗਾ। ਚੰਡੀਗੜ੍ਹ ਆਉਣ ਵਾਲਾ ਟੂਰਿਸਟ ਇੱਥੇ ਜ਼ਰੂਰ ਆਉਂਦਾ ਹੈ। ਇਸ ਜਗ੍ਹਾ ਇੱਕ ਪਰਫੈਕਟ ਪਿਕਨਿਕ ਸਪੋਟ ਹੈ। ਇੱਥੇ ਹਰ ਦਿਨ ਟੂਰਿਸਟ ਦੀ ਭੀੜ ਜੁਟੀ ਰਹਿੰਦੀ ਹੈ। ਚੰਡੀਗੜ੍ਹ ਦੇ ਲੋਕਲ ਲੋਕ ਵੀ ਇੱਥੇ ਪਰਿਵਾਰ ਸਮੇਤ ਵੀਕਐਂਡ 'ਤੇ ਛੁੱਟੀਆਂ ਮਨਾਉਣ ਆਉਂਦੇ ਰਹਿੰਦੇ ਹਨ। ਚੰਡੀਗੜ੍ਹ ਮੈਂ ਟੂਰਿਸਟ ਪਲੇਸ ਕਮ ਹੈ, ਜਿਵੇਂ ਰੌਕ ਗਾਰਡਨ ਹੋ ਗਿਆ, ਰੋਜ਼ ਗਾਰਡਨ ਲੇਕ, ਓਨਲੀ 3 ਹੈ ਮੇਨਲੀ। ਅਗਰ ਇਨਕਰੀਜ਼ ਕਰੇਂਗੇ, ਚੰਡੀਗੜ੍ਹ ਆਲਰੇਡੀ ਇਤਨਾ ਸਿਟੀ ਬਿਊਟੀਫੁਲ ਹੈ, ਤਾਂ ਇਸਕੀ ਵੋ ਇਨਕਰੀਜ਼ ਹੋਗੀ ਟੂਰਿਜ਼ਮ। ਸੁਖਨਾ ਝੀਲ ਵਿੱਚ ਸਭ ਤੋਂ ਵੱਡਾ ਆਕਰਸ਼ਕ ਦਾ ਕੇਂਦਰ ਹੈ ਇੱਥੇ ਹੋਣ ਵਾਲੀ ਬੋਟਿੰਗ। ਲੋਕ ਇੱਥੇ ਰਲ ਮਿਲ ਕੇ ਬੋਟਿੰਗ ਦਾ ਆਨੰਦ ਵੀ ਮਾਣਦੇ ਹਨ। ਇੱਥੋਂ ਦੀ ਆਬੋ ਹਵਾ ਬੜੀ ਹੀ ਸਾਫ਼ ਸੁਥਰੀ ਅਤੇ ਸਿਹਤਮੰਦ ਹੈ। ਝੀਲ ਕਿਨਾਰੇ ਬੈਠ ਕੇ ਲੋਕ ਖੁੱਲ੍ਹੀ ਝੀਲ ਦਾ ਆਨੰਦ ਮਾਣਦੇ ਹਨ ਅਤੇ ਖਾਣ ਪੀਣ ਦੀਆਂ ਵਰਾਇਟੀਆਂ ਦਾ ਵੀ ਮਜ਼ਾ ਲੈਂਦੇ ਹਨ ਅਤੇ ਉਹਨਾਂ ਦਾ ਜੀ ਭਰ ਕੇ ਆਨੰਦ ਮਾਣਦੇ ਹਨ। ਝੀਲ ਕਿਨਾਰੇ ਇੱਕ ਛੋਟਾ ਜਿਹਾ ਰੈਸਟੋਰੈਂਟ ਵੀ ਹੈ ਜਿੱਥੇ ਲੋਕ ਬੈਠ ਕੇ ਖਾਣਾ ਵਗੈਰਾ ਵੀ ਖਾ ਸਕਦੇ ਹਨ। ਸੁਖਨਾ ਝੀਲ ਕਿਨਾਰੇ ਸੁਰੱਖਿਆ ਦਾ ਵੀ ਠੋਸ ਪ੍ਰਬੰਧ ਹੈ। ਮਤਲਬ ਓਪਨ ਹੈ ਸਭ ਕੁਝ, ਮਤਲਬ ਕੋਈ ਰਸ਼ ਵੀ ਹੈ, ਲੇਕਿਨ ਸੇਫਟੀ ਵੀ ਚਾਰੋਂ ਤਰਫ ਹੈ। ਮਤਲਬ ਚਾਰੋਂ ਤਰਫ ਆਪ ਦੇਖ ਸਕਦੇ ਹੋ ਪੁਲਿਸ ਵਾਲੇ ਔਰ ਇਹ ਸਾਰੇ ਹੈ ਔਰ ਕੋਈ ਵੈਸੀ ਬਾਤ ਨਹੀਂ ਹੈ, ਆਰਾਮ ਸੇ ਆਦਮੀ ਘੁੰਮ ਸਕਦਾ ਹੈ। ਲੋਕ ਬੇਫਿਕਰ ਹੋ ਕੇ ਬੋਟਿੰਗ ਅਤੇ ਸੈਰ ਦਾ ਆਨੰਦ ਮਾਣਦੇ ਹਨ। ਇੱਥੇ ਆ ਕੇ ਲੋਕ ਇੱਕਦਮ ਤਰੋ ਤਾਜ਼ਾ ਮਹਿਸੂਸ ਕਰਦੇ ਹਨ ਅਤੇ ਝੀਲ ਕਿਨਾਰੇ ਬਿਤਾਏ ਵਕਤ ਦੀਆਂ ਮਿੱਠੀਆਂ ਯਾਦਾਂ ਲੈ ਕੇ ਆਪਣੇ ਘਰ ਨੂੰ ਵਾਪਸ ਪਰਤ ਜਾਂਦੇ ਹਨ।